ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਇਸ ਵੀਡੀਓ ਦੇ ਵਿੱਚ ਆਪਾਂ ਸੂਬੇ ਪੰਜਾਬ ਦੀ ਹਰ ਨਿੱਕੀ ਅਤੇ ਵੱਡੀ ਖਬਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਰਿਕੁਐਸਟ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਦੇ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਮੈਸ ਨਾ ਹੋਵੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਜੀ ਚੈਨਲ ਨੂੰ ਲਾਲ ਰੰਗ ਦਾ ਸਬਸਕ੍ਰਾਈਬ ਵਾਲਾ ਬਟਨ ਧੱਕੇ ਕਰ ਦਿਓ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਧੱਕ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਸੂਚਨਾ ਸਭ ਤੋਂ ਪਹਿਲਾਂ ਮਿਲ ਸਕੇ ਸ਼ੁਰੂਆਤ ਕਰਦੇ ਹਾਂ ਜੀ ਤੇਜ਼ ਹਨੇਰੀ ਦੇ ਨਾਲ ਬਨੇਰਾ ਟੁੱਟ ਕੇ ਡਿੱਗਣ ਕਾਰਨ ਗਲੀ ਚੋਂ ਸਾਈਕਲ ਚਲਾ ਰਹੇ ਲੜਕੇ ਦੀ ਮੌਤ ਬਰਨਾਲਾ ਦੇ ਸ਼ਹੀਦ ਭਗਤ ਸਿੰਘ ਨਗਲ ਬਰਨਾਲਾ ਦੇ ਵਿਖੇ ਲੰਗੀ ਰਾਤ ਹੋਈ ਬਰਸਾਤ ਤੇ ਤੇਜ਼ ਹਨੇਰੀ ਦੇ ਕਾਰਨ ਘਰ ਦਾ ਬਨੇਰਾ ਟੁੱਟ ਕੇ ਡਿੱਗਣ ਦੇ ਕਾਰਨ ਗਲੀ ਦੇ ਵਿੱਚ ਸਾਈਕਲ ਚਲਾ ਰਹੇ ਲੜਕੇ ਦੀ ਮੌਤ ਹੋ ਗਈ ਆ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਚੁੱਲ੍ਹੇ ਦੀ ਚੰਗਿਆੜੀ ਕਾਰਨ ਕਰੀਬ 40 ਝੁੱਗੀਆਂ ਸੜ ਕੇ ਸਵਾ ਲੱਖਾਂ ਦਾ ਨੁਕਸਾਨ ਸੋ ਥਾਣਾ ਮਿਹਰਬਾਨ ਅਧੀਨ ਪੈਂਦੇ ਪਿੰਡ ਰਾਹੋ ਰੋਡ ਤੇ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰਨ ਵਾਲੇ ਪਿੰਡ रावत ਦੇ ਵਿੱਚ ਤੇਜ਼ ਹਵਾਵਾਂ ਦੇ ਚੱਲਦਿਆਂ ਚੁੱਲ੍ਹੇ ਤੇ ਖਾਣਾ ਬਣਾਉਂਦਿਆਂ ਕਾਨਿਆਂ ਦੀ ਛਪਰੀ ਨੂੰ ਉੱਠੀ ਚੁੱਲ੍ਹੇ ਦੀ ਚੰਗਿਆੜੀ ਤੋਂ ਲੱਗੀ ਅੱਗ ਦੇ ਨਾਲ 40 ਦੇ ਕਰੀਬ ਝੁੱਗੀਆਂ ਸੜ ਕੇ ਸਵਾਹ ਹੋ ਗਈਆਂ ਜਿਸ ਦੇ ਵਿੱਚ 7 ਬੱਕਰੀਆਂ ਇੱਕ ਮੋਟਰਸਾਈਕਲ ਤੇ ਇੱਕ ਪਰਿਵਾਰ ਦੇ ਕੋਲ ਕਮੇਟੀਆਂ ਦੇ ਦੇ ਰੱਖੇ 4.5 ਲੱਖ ਰੁਪਏ ਤੋਂ ਇਲਾਵਾ ਹੋਰ ਕੀਮਤੀ ਸਮਾਨ ਅੱਗ ਲੱਗਣ ਦੇ ਨਾਲ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਸੌਰੇ ਨੇ ਨੂਨ ਨੂੰ ਮਾਰੀ ਗੋਲੀ ਮੌਕੇ ਤੇ ਹੋਈ ਮੌਤ ਸੋ ਗੁਰੂ ਹਰ ਸਾਹਿਬ ਦੇ ਨਾਲ ਲੱਗਦੇ ਪਿੰਡ ਪਠਾਣਾ ਵਾਲੇ ਝੁੱਗੇ ਵਿਖੇ ਅੱਜ ਇੱਕ ਸੌਰੇ ਦੇ ਵੱਲੋਂ ਆਪਣੀ ਨੌ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਤੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਪਠਾਣਾ ਵਾਲੇ ਝੁੱਗੇ ਦੇ ਵਿਖੇ ਘਰੇਲੂ ਕਲੇਸ਼ ਦੇ ਚੱਲਦਿਆਂ ਸਹੁਰੇ ਦੇ ਵੱਲੋਂ ਆਪਣੀ ਨੌ ਨੂੰ ਗੋਲੀ ਮਾਰ ਦਿੱਤੀ ਗਈ ਜਿਸ ਦੀ ਮੌਕੇ ਤੇ ਮੌਤ ਹੋ ਗਈ ਪਤਾ ਚਲਦਿਆਂ ਹੀ ਥਾਣਾ ਲਖੋਕੇ ਬਹਿਰਾਮ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਗਲੀ ਖਬਰ ਆ ਰਹੀ ਹੈ ਜੀ ਰੇਲ ਮੰਤਰਾਲੇ ਦੀ ਅਪੀਲ ਬਹੁਤ ਜ਼ਰੂਰੀ ਹੋਣ ਤੇ ਯਾਤਰਾ ਕਰਨ ਬਜ਼ੁਰਗ ਗਰਭਵਤੀ ਔਰਤਾਂ ਅਤੇ ਬੱਚੇ ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਸ਼ੁੱਕਰਵਾਰ ਨੂੰ ਗੰਭੀਰ ਬਿਮਾਰੀਆਂ ਦੇ ਨਾਲ ਜੂਝ ਰਹੇ ਲੋਕਾਂ ਗਰਭਵਤੀ ਔਰਤਾਂ ਬਜ਼ੁਰਗ ਨਾਗਰਿਕ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਰੇਲ ਗੱਡੀ ਵਿੱਚ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਜੇਕਰ ਇਹ ਬਹੁਤ ਜ਼ਰੂਰੀ ਹੋਵੇ ਤਾਂ ਹੀ ਯਾਤਰਾ ਕੀਤੀ ਜਾਵੇ। 9 ਯਾਤਰੀਆਂ ਦੀ ਮੌਤ ਤੇ ਸ਼ਰਮਿਕ ਸਪੈਸ਼ਲ ਟ੍ਰੇਨਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਦੂ ਦਰਜਨਾ ਤੋਂ ਵੱਧ ਬੱਚਿਆਂ ਨੇ ਜਨਮ ਤੋਂ ਬਾਅਦ ਇਸ ਦੀ ਅਪੀਲ ਕੀਤੀ ਗਈ ਹੈ। ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਰੇਲ ਯਾਤਰਾ ਦੇ ਲਈ 30 ਦਿਨ ਪਹਿਲਾਂ ਨਹੀਂ ਬਲਕਿ ਇੰਨਾ ਸਮਾਂ ਪਹਿਲਾਂ ਟਿਕਟ ਕਰਵਾ ਸਕੋਗੇ ਰਿਜ਼ਰਵਸ ਉਹ ਵੱਡੀ ਖਬਰ ਆ ਰਹੀ ਹੈ ਜੀ ਰੇਲਵੇ ਨੂੰ ਲੈ ਕੇ ਪਰ ਉਸ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਰਿਕਵੈਸਟ ਹੈ ਜੇਕਰ ਹਾਲੇ ਤੱਕ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਜੀ ਲਾਈਕ ਵਾਲਾ ਬਟਨ ਅੱਪ ਕੇ ਕਰ ਦਿਓ ਲਾਈਕ ਤੁਹਾਡਾ ਇੱਕ ਲਾਈਕ ਸਾਡੇ ਲਈ ਬਹੁਤ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਜੀ ਆਪਾਂ 5000 ਦਾ ਲਾਈਕ ਇਸ ਵੀਡੀਓ ਤੇ ਰੱਖਦੇ ਆਂ ਸ਼ੁਰੂਆਤ ਕਰਦੇ ਆ ਭਾਰਤੀ ਰੇਲਵੇ ਨੇ 1 ਜੂਨ ਤੋਂ ਰੋਜ਼ਾਨਾ ਦੇ ਲਈ 200 ਸਪੈਸ਼ਲ ਟ੍ਰੇਨਾਂ ਨੂੰ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਲਈ ਅੱਜ ਤੋਂ ਬਾਅਦ ਕੇਵਲ 2 ਦਿਨ ਦਾ ਸਮਾਂ ਹੀ ਬਚਿਆ ਹੈ ਪਰ ਇਸ ਵਿਚਾਲੇ ਬੀਤੇ ਵੀਰਵਾਲ ਰੇਲਵੇ ਨੇ ਵੱਡਾ ਫੈਸਲਾ ਲੈਂਦਿਆਂ ਐਡਵਾਂਸ ਰਿਜ਼ਰਵੇਸ਼ਨ ਟਿਕਟ ਦੀ ਮਿਆਦ ਵਧਾ ਕੇ 120 ਦਿਨ ਕਰ ਦਿੱਤਾ ਹੈ ਤਾਂ ਜੋ ਰੇਲਵੇ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਲਈ ਰਾਹਤ ਵਾਲੀ ਖ਼ਬਰ ਮੰਨੀ ਜਾ ਰਹੀ ਹੈ ਦਰਅਸਲ ਭਾਰਤੀ ਰੇਲਵੇ ਨੇ ਪਹਿਲਾਂ ਟਿਕਟਾਂ ਦੀ ਐਡਵਾਂਸ ਰਿਜ਼ਰਵੇਸ਼ਨ ਦੀ ਮਿਆਦ 30 ਦਿਨਾਂ ਦੇ ਲਈ ਰੱਖੀ ਸੀ ਭਾਵ ਯਾਤਰੀਆਂ ਨੂੰ ਟਿਕਟ ਬੁਕਿੰਗ ਦੇ 30 ਦਿਨ ਤੋਂ ਪਹਿਲਾਂ ਜਾਂ 30 ਦਿਨਾਂ ਦੇ ਅੰਦਰ ਕਰਵਾਣੀ ਪੈਣੀ ਸੀ ਪਰ ਹੁਣ ਇਸ ਦੀ ਮਿਆਦ ਨੂੰ ਵਧਾ ਕੇ 120 ਦਿਨ ਕਰ ਦਿੱਤਾ ਗਿਆ ਹੈ ਸਿੱਧੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਯਾਤਰੀ ਇੱਕ ਮਹੀਨੇ ਦੀ ਥਾਂ 4 ਮਹੀਨੇ ਪਹਿਲਾਂ ਰੇਲ ਯਾਤਰਾ ਲਈ ਟਿਕਟ ਰਿਜ਼ਰਵ ਕਰਵਾ ਸਕਦੇ ਹਨ ਸੋ ਇਹ ਨਿਯਮ 31 ਮਈ ਸਵੇਰੇ 8 ਵਜੇ ਲਾਗੂ ਹੋਣਗੇ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਕੈਨੇਡਾ ਸਮੇਤ ਚਾਰ ਵੱਡੇ ਦੇਸ਼ ਚੀਨ ਦੇ ਵਿਰੁੱਧ ਹੋਏ ਇੱਕਜੁੱਟ ਦਿੱਤੀ ਚੇਤਾਵਨੀ ਚੀਨ ਆਪਣੀਆਂ ਹਰਕਤਾਂ ਦੇ ਕਾਰਨ ਪੂਰੀ ਦੁਨੀਆ ਦੇ ਨਿਸ਼ਾਨੇ ਤਹਿ ਕਰੋਨਾ ਵਾਇਰਸ ਮਹਾਮਾਰੀ ਵਿੱਚ ਚੀਨ ਦੀ ਭੂਮਿਕਾ ਨੂੰ ਲੈ ਕੇ ਪਹਿਲਾਂ ਹੀ ਕਈ ਦੇਸ਼ ਅੰਤਰਰਾਸ਼ਟਰੀ ਜਾਂਚ ਦੀ ਮੰਗ ਕਰ ਚੁੱਕੇ ਹਨ ਹੁਣ ਹਾਂਗਕਾਂਗ ਦੇ ਵਿੱਚ ਵੀ ਨਵਾਂ ਸੁਰੱਖਿਆ ਕਾਨੂੰਨ ਲਿਆਉਣ ਦੀ ਚੀਨ ਦੀ ਕੋਸ਼ਿਸ਼ ਦੇ ਵਿਰੁੱਧ ਦੇਸ਼ ਇੱਕਜੁੱਟ ਹੋ ਗਿਆ ਹੈ ਵੀਰਵਾਰ ਨੂੰ ਯੂਕੇ ਅਮਰੀਕਾ ਆਸਟ੍ਰੇਲੀਆ ਤੇ ਕੈਨੇਡਾ ਨੇ ਸਾਂਝੇ ਰੂਪ ਦੇ ਨਾਲ ਬਿਆਨ ਜਾਰੀ ਕਰਕੇ ਚੀਨ ਦੀ ਅਲੋਚਨਾ ਕੀਤੀ ਹੈ। ਅਗਲੀ ਖਬਰ ਆ ਰਹੀ ਹੈ ਜੀ ਚਿੱਟੇ ਵਾਲੀ ਭਾਬੀ ਤੇ ਪੁਲਿਸ ਦੀ ਵੱਡੀ ਕਾਰਵਾਈ ਨੈਟਵਰਕ ਤੋੜਨ ਦੇ ਲਈ ਕੱਸਿਆ ਸਿਕੰਜਾ ਸੋ ਸਿਰਦਰਦ ਬਣੀ ਸਮਗਲਰ ਬੀਬੀ ਚਿੱਟੇ ਵਾਲੀ ਭਾਬੀ ਦਾ ਨੈਟਵਰਕ ਤੋੜਨ ਦੇ ਲਈ ਥਾਣਾ ਡੱਬਾ ਦੀ ਪੁਲਿਸ ਕੁਝ ਹੱਦਾਂ ਤੱਕ ਕਾਮਯਾਬ ਹੋ ਗਈ ਹੈ। ਉਸ ਦੇ ਪਤੀ ਨੂੰ ਕਾਬੂ ਕਰਨ ਤੋਂ ਬਾਅਦ ਹੁਣ ਉਸ ਦੇ ਭਰਾ ਨੂੰ ਵੀ ਪੁਲਿਸ ਨੇ ਦਪੋਚ ਲਿਆ ਹੈ ਫੜਿਆ ਗਿਆ ਮੁਲਜ਼ਮ ਹਰਪ੍ਰੀਤ ਸਿੰਘ ਉਰਫ ਬਿੱਤੂ ਜੋ ਕਿ ਸਾਹਿਬਜਾਦਾ ਅਜੀਤ ਸਿੰਘ ਨਗਰ ਦਾ ਰਹਿਣ ਵਾਲਾ ਹੈ ਪਰ ਉਹ ਹੁਣ ਗਿੱਲ ਕਲੌਨੀ ਦੇ ਇੱਕ ਘਰ ਦੇ ਵਿੱਚ ਰਹਿ ਰਿਹਾ ਹੈ ਜਿੱਥੋਂ ਮੁਲਜ਼ਮ ਆਪਣੇ ਨਸ਼ੇ ਦਾ ਕਾਰੋਬਾਰ ਚਲਾ ਰਿਹਾ ਸੀ ਉਸ ਦੇ ਕੋਲੋਂ ਪੁਲਿਸ ਨੇ 55 ਗ੍ਰਾਮ ਨਸ਼ੀਲਾ ਪਾਊਡਰ 0.32 ਬੋਰ ਦੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਆ ਹੁਣ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਦੀ ਮਹਿੰਗੀ ਕਾਰ ਚੋਰੀ ਪੁਲਿਸ ਟੀਮਾਂ ਲੱਭਣ ਜੋ ਜੁੱਤੀਆਂ ਸੋ ਸਾਬਕਾ ਕ੍ਰਿਕਟਰ ਤੇ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਦੀ ਫੋਰਚੂਨਰ ਗੱਡੀ ਚੋਰੀ ਹੋ ਗਈ ਹੈ ਜੀ ਦਿੱਲੀ ਦੇ ਪੁਰਾਣੇ ਰਜੇਂਦਰ ਨਗਰ ਖੇਤਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਹੈ ਤੇ ਸਵੇਰੇ ਸੁਰੱਖਿਆ ਨੇ ਦੇਖਿਆ ਕਿ ਗੰਭੀਰ ਦੀ ਫੋਰਚੂਨਰ ਕਾਰ ਗਾਇਬ ਹੈ ਉਸ ਤੋਂ ਬਾਅਦ ਪੁਲਿਸ ਨੂੰ ਇਸ ਦੇ ਬਾਰੇ ਸੂਚਿਤ ਕੀਤਾ ਗਿਆ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਮਹਾਰਾ ਨੇ ਮੋਦੀ ਨੂੰ ਦਿੱਤੇ ਸੁਝਾ ਲਾਕਡਾਊਨ ਖੋਲਿਆ ਜਾਵੇ ਪਰ ਸਕੂਲ ਤੇ ਕਾਲਜ ਰੱਖੇ ਜਾਣ ਬੰਦ ਸੋ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਲਾਕਡਾਊਨ 5 ਨੂੰ ਲੈ ਕੇ 31 ਮਈ ਨੂੰ ਲਾਕਡਾਊਨ 4 ਖਤਮ ਹੋ ਜਾਵੇਗਾ ਇਸ ਦੌਰਾਨ ਹੁਣ ਸਾਰਿਆਂ ਦੀਆਂ ਨਜ਼ਰਾਂ 1 ਜੂਨ ਤੇ ਹਨ ਕਿ ਲਾਕਡਾਊਨ 5 ਲਾਗੂ ਕੀਤਾ ਜਾਏਗਾ ਜਾਂ ਨਹੀਂ ਇਸ ਤੋਂ ਪਹਿਲਾਂ ਕੋਵਿਡ ਟਾਸਕ ਫੋਰਸ ਨੇ ਦੋ ਪੈਨਲਾਂ ਤੇ ਤਾਲਾਬੰਦੀ ਬਾਰੇ ਇੱਕ ਰਿਪੋਰਟ ਸਿਹਤ ਮੰਤਰਾਲੇ ਨੂੰ ਸੌਂਪ ਦਿੱਤੀ ਹੈ ਜਿਸ ਦੇ ਵਿੱਚ ਲਾਕਡਾਊਨ ਖੋਲਣ ਦੀ ਸਲਾਹ ਦਿੱਤੀ ਗਈ ਹੈ ਕੋਵਿਡ ਟਾਕਸ ਫੋਰਸ ਦੇ ਦੋ ਪੈਨਲਾਂ ਦੀ ਅਗਵਾਈ ਦੇ ਵਿੱਚ ਸੀ ਕੇ ਮਿਸ਼ਰਾ ਡਾਕਟਰ ਕੇ ਵੀ ਪਾਲ ਰਹੇ ਤੇ ਦੋਵੇਂ ਪੈਨਲਾਂ ਨੇ ਲਾਕਡਾਊਨ ਚਾਰ ਤੋਂ ਬਾਹਰ ਕਿਵੇਂ ਨਿਕਲਣਾ ਇਸ ਦੇ ਬਾਰੇ ਰਿਪੋਰਟ ਦਿੱਤੀ ਜੇ ਸੂਤਰਾਂ ਦੀ ਮੰਨੀਏ ਤਾਂ ਸੁਝਾਵਾਂ ਦੇ ਵਿੱਚ ਕਿਹਾ ਗਿਆ ਕਿ ਤਾਲਾਬੰਦੀ ਨੂੰ ਹਟਾਇਆ ਜਾ ਸਕਦਾ ਹੈ ਪਰ ਸਕੂਲ ਕਾਲਜ ਮਾਲ ਧਾਰਮਿਕ ਸਥਾਨਾਂ ਵਰਗੇ ਸਥਾਨਾਂ ਨੂੰ ਫਿਲਹਾਲ ਬੰਦ ਹੀ ਰੱਖਣਾ ਸਹੀ ਰਹੇਗਾ ਅਮਰੀਕਾ ਦੇ ਵਿੱਚ ਪੜਕੇ ਦੰਗੇ 트럼ਪ ਦੀ ਸਖਤ ਚੇਤਾਵਨੀ ਜੇਕਰ ਲੁੱਟ ਖਸੁੱਟ ਹੋਈ ਤਾਂ ਚੱਲਣਗੀਆਂ ਗੋਲੀਆਂ ਸੋ ਅਮਰੀਕੀ ਰਾਜ ਮਿਨੇਸੋਟਾ ਦੇ ਮਿਨੀਪੋਲਿਸ ਸ਼ਹਿਰ ਦੇ ਵਿੱਚ ਦੰਗੇ ਪੜਕੁੱਠੇ ਇੱਥੇ 3 ਦਿਨ ਪਹਿਲਾਂ ਪੁਲਿਸ ਦੀ ਬੇਰਹਿਮੀ ਕਾਰਨ ਅਫਰੀਕੀ ਅਮਰੀਕਨ ਦੀ ਮੌਤ ਹੋ ਗਈ ਸੀ ਤੇ ਸ਼ੁੱਕਰਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਮਿਨੀਪੋਲਿਸ ਪੁਲਿਸ ਸਟੇਸ਼ਨ ਦੇ ਭੜਾਸ ਕੱਢਣ ਦੇ ਲਈ ਪੰਨ ਤੋੜ ਕੀਤੀ ਲੁੱਟਮਾਰ ਕਰਨ ਤੋਂ ਬਾਅਦ ਅੱਗ ਵੀ ਲਾ ਦਿੱਤੀ ਜਿਸ ਤੋਂ ਬਾਅਦ ਮੈਨੇਸੋਟਾ ਦੇ ਰਾਜਪਾਲ ਟਿਮ ਵਾਲਜ਼ ਨੇ ਰਾਜ ਦੇ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ। ਸੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਆ ਜੀ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ ਪੰਜਵੀਂ, ਅੱਠਵੀਂ ਤੇ ਦਸਵੀਂ ਦਾ ਨਤੀਜਾ। ਸੋ ਦੋਸਤੋ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀਗਾ ਰਾਤ ਕੇ ਕਿਸੇ ਟਾਈਮ ਵੀ ਰਿਜ਼ਲਟ ਆ ਸਕਦਾ ਹੈ। ਸੋ ਰਾਤ ਹੀ 11:00 ਵਜੇ 10:00-11:00 ਵਜੇ ਦੇ ਕਰੀਬ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 5ਵੀਂ 8ਵੀਂ ਅਤੇ 10ਵੀਂ ਜਮਾਤ ਦੇ ਬੱਚਿਆਂ ਦੇ ਗ੍ਰੇਡਿੰਗ ਦੇ ਆਧਾਰ ਤੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਜੀ ਇਸ ਦੌਰਾਨ ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਘਲਾ ਨੇ ਦੱਸਿਆ ਕਿ ਇਹ ਨਤੀਜੇ ਸਿਰਫ ਰੈਗੂਲਰ ਰਜਿਸਟਰਡ ਵਿਦਿਆਰਥੀਆਂ ਦੇ ਕੰਟੀਨਿਊਸ ਕੰਪਰੀਹੈਂਸਿਵ ਇਵੈਲੂਏਸ਼ਨ ਯਾਨੀ ਕਿ ਸੀਸੀਈ ਦੇ ਆਧਾਰ ਤੇ ਜਾਰੀ ਕੀਤੇ ਗਏ ਹਨ ਕੈਬਨਟ ਮੰਤਰੀ ਨੇ ਦੱਸਿਆ ਕਿ ਬੋਰਡ ਦੇ ਵੱਲੋਂ ਓਪਨ ਸਕੂਲ ਸਨਹਿਰੀ ਮੌਕੇ ਕਾਰਗੁਜ਼ਾਰੀ ਸੁਧਾਰ ਅਤੇ ਵਾਧੂ ਵਿਸ਼ਿਆਂ ਵਾਲੇ ਮੈਟ੍ਰਿਕ ਪੱਧਰ ਦੇ ਵਿਦਿਆਰਥੀਆਂ ਦੇ ਪੇਪਰ ਜਲਦ ਲਏ ਜਾਣਗੇ ਕਿਉਂਕਿ ਉਹਨਾਂ ਨੂੰ ਕਿਉਂਕਿ ਉਹਨਾਂ ਦੇ ਮੁਲਾਂਕਣ ਦੇ ਲਈ ਸੀਸੀਈ ਦੀ ਵਿਵਸਥਾ ਨਹੀਂ ਹੁੰਦੀ ਸਕੂਲ ਮੰਤਰੀ ਨੇ ਦੱਸਿਆ ਕਿ ਓਪਨ ਸਕੂਲ ਸਨਹਿਰੀ ਮੌਕਾ ਕਾਰਗੁਜ਼ਾਰੀ ਸੁਧਾਰ ਦੇ ਵਾਧੂ ਵਿਸ਼ਿਆਂ ਦੇ ਵਿਦਿਆਰਥੀਆਂ ਦੇ ਲਈ ਲਈ ਜਾਣ ਵਾਲੀ ਪ੍ਰੀਖਿਆਵਾਂ ਦੀ ਡੇਟਸ਼ੀਟ ਵੀ ਜਲਦ ਜ਼ਾਰੀ ਕਰ ਦਿੱਤੀ ਜਾਵੇਗੀ ਸੋ ਦੋਸਤੋ ਤੁਸੀਂ ਹੁਣ ਬੱਚਿਆਂ ਦੇ ਅਲਾਨੇ ਗਏ ਨਤੀਜੇ ਦੇ ਨਾਲ ਗ੍ਰੇਡਿੰਗ ਦੇ ਆਧਾਰ ਤੇ ਕਿੰਨਾ ਕੁ ਕਿੰਨਾ ਕੁ ਤੁਸੀਂ ਸਾਥ ਦੇ ਰਹੇ ਹੋ ਪੰਜਾਬ ਦੇ ਸਿੱਖਿਆ ਮੰਤਰੀ ਦਾ ਕੀ ਤੁਸੀਂ ਇਸ ਨੂੰ ਸਹੀ ਮੰਨਦੇ ਹੋ ਬੱਚਿਆਂ ਨੂੰ ਗ੍ਰੇਡਿੰਗ ਦੇ ਆਧਾਰ ਤੇ ਪਾਸ ਕਰਨਾ ਜਾਂ ਫਿਰ ਉਹਨਾਂ ਦੇ ਨੰਬਰ ਲਾਉਣੇ ਚਾਹੀਦੇ ਸੀ ਮੈਟ੍ਰਿਕ ਬਣਾਉਣੀ ਚਾਹੀਦੀ ਸੀ ਤੁਸੀਂ ਸਰਕਾਰ ਦੇ ਇਸ ਫੈਸਲੇ ਦੇ ਨਾਲ ਕਿੰਨਾ ਕੁ ਸਹਿਮਤ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਲਿਖੋ ਸੋ ਸਿੰਗਲਾਨ ਨੇ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਕੀ ਰਹਿੰਦੀਆਂ ਪ੍ਰੀਖਿਆਵਾਂ ਲੈਣ ਮੌਕੇ ਕੋਵਿਡ-19 ਨੂੰ ਫੈਲਣ ਤੋਂ ਲੋਕ ਰੋਕਣ ਦੇ ਲਈ ਸਾਰੀਆਂ ਸਾਵਧਾਨੀਆਂ ਵਰਤਨੀਆਂ ਯਕੀਨੀ ਬਣਾਈਆਂ ਜਾਣਗੀਆਂ ਸੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਦੇਸ਼ ਦੇ ਨਾਮ ਇੰਡੀਆ ਦੀ ਥਾਂ ਭਾਰਤ ਕਰਨ ਦੀ ਮੰਗ 2 ਜੂਨ ਨੂੰ ਹੋਵੇਗੀ ਸੁਣਵਾਈ ਸੋ ਵੱਡੀ ਖਬਰ ਆ ਰਹੀ ਹੈ ਜੀ ਸੁਪਰੀਮ ਕੋਰਟ ਨੇ 2 ਜੂਨ ਨੂੰ ਉਸ ਪਟੀਸ਼ਨ ਤੇ ਸੁਣਵਾਈ ਕਰੇਗਾ ਜਿਸ ਤੇ ਵਿੱਚ ਕੇਂਦਰ ਸਰਕਾਰ ਨੂ ਸੰਵਿਧਾਨ ਦੇ ਵਿੱਚ ਸੋਧ ਕਰਕੇ ਇੰਡੀਆ ਦੀ ਥਾਂ ਭਾਰਤ ਜਾਂ ਹਿੰਦੂਸਤਾਨ ਕਰਨ ਦਾ ਨਿਰਦੇਸ਼ ਦਿੱਤੇ ਜਾਣ ਦੀ ਮੰਗ ਕੀਤੀ ਗਈ ਸੀ ਪਟੀਸ਼ਨਰ ਦਾ ਕਹਿਣਾ ਕਿ ਇਸ ਦੇ ਨਾਲ ਸਾਡੀ ਆਪਣੀ ਕੌਮੀਅਤ ਦਾ ਮਾਣ ਵਧੇਗਾ ਪਟੀਸ਼ਨ ਦੇ ਵਿੱਚ ਕੇਂਦਰ ਸਰਕਾਰ ਨੂੰ ਸੰਵਿਧਾਨ ਦੇ ਆਰਟੀਕਲ 1 ਦੇ ਵਿੱਚ ਸੋਧ ਕਰਨ ਦੀ ਮੰਗ ਕੀਤੀ ਗਈ ਹੈ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਦੇਸ਼ ਦੀ ਸਰਵ ਅਦਾਲਤ ਨੇ ਸ਼ੁੱਕਰਵਾਰ ਨੂੰ ਪਟੀਸ਼ਨ ਤੇ ਸੁਣਵਾਈ ਕਰਨ ਲਈ ਸੂਚੀ ਵੱਧ ਕੀਤਾ ਗਿਆ ਸੀ ਸੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਦਿੱਲੀ ਐਨਸੀਆਰ ਹਰਿਆਣਾ ਤੇ ਪੰਜਾਬ ਵਿੱਚੋਂ ਮਹਿਸੂਸ ਕੀਤੇ ਗਏ ਪੂਚਾਲ ਦੇ ਝਟਕੇ ਸੋ ਰਾਤ 9:08 ਤੇ ਦਿੱਲੀ ਐਨਸੀਆਰ ਹਰਿਆਣਾ ਤੇ ਪੰਜਾਬ ਦੇ ਵਿੱਚ ਪੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪੂਚਾਲ ਦਾ ਕੇਂਦਰ ਹਰਿਆਣਾ ਦਾ ਰੋहतक ਸੀ ਰਿਕਟਰ ਪੈਮਾਨੇ ਦੇ ਇਸ ਤਕਰੀਬ ਇਸ ਦੀ ਤੀਬਰਤਾ 4.6 ਸੀ ਤੇ ਇਸ ਤੋਂ ਪਹਿਲਾਂ 5 ਮਈ ਨੂੰ ਦਿੱਲੀ ਦੇ ਵਿੱਚ ਪੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ ਉਸ ਤੋਂ ਬਾਅਦ 15 ਮਈ ਨੂੰ ਤੇ ਇਸ ਪੁਝਾਲ ਦਾ ਕੇਂਦਰ ਦਿੱਲੀ ਦੇ ਪੀਤੰਪੂਰਾ ਖੇਤਰ ਦੇ ਵਿੱਚ ਸੀ ਸੋ ਦੋਸਤੋ ਤੁਹਾਨੂੰ ਵੀ 9:08 ਤੇ ਰਾਤ ਪੁਝਾਲ ਦੇ ਝਟਕੇ ਮਹਿਸੂਸ ਹੋਏ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਲਿਖੋ ਜੇ ਨਹੀਂ ਹੋਏ ਤਾਂ ਵੀ ਲਿਖੋ ਅਗਲੀ ਖਬਰ ਆ ਰਹੀ ਹੈ ਜੀ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਪਲਾਈ ਰਹੇਗੀ ਜਾਰੀ ਕੈਪਟਨ ਸੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨੇ ਐਲਾਨ ਕੀਤਾ ਕਿ ਕਿਸਾਨਾਂ ਨੂੰ ਮੁਫਤ ਮਿਲ ਰਹੀ ਬਿਜਲੀ ਦੀ ਸਪਲਾਈ ਜਾਰੀ ਰਹੇਗੀ ਇਸ ਦੇ ਸਬੰਧੀ ਉਹਨਾਂ ਨੇ ਟਵਿੱਟਰ ਤੇ ਟਵੀਟ ਕੀਤਾ ਕਿ ਕਿਹਾ ਪੰਜਾਬ ਵਿਚ ਖੇਤੀਬਾੜੀ ਲਈ ਮੁਫਤ ਬਿਜਲੀ ਦੀ ਸਹੂਲਤ ਵਾਪਸ ਲੈਣ ਦੀ ਅਜੇ ਕੋਈ ਯੋਜਨਾ ਨਹੀਂ ਤੇ ਕਰੋਨਾ ਦੇ ਕਾਰਨ ਮੁਸ਼ਕਲ ਹਾਲਾਤਾਂ 'ਚ ਕਿਸਾਨਾਂ ਨੂੰ ਮੁਫਤ ਬਿਜਲੀ ਸਪਲਾਈ ਜਾਰੀ ਰਹੇਗੀ। ਅਗਲੀ ਖਬਰ ਆ ਰਹੀ ਹੈ ਜਿਵੇਂ ਲੁਧਿਆਣਾ ਦੇ ਵਿੱਚ ਕਰੋਨਾ ਪੀੜਤ ਮਰੀਜ਼ ਦੀ ਹੋਈ ਮੌਤ ਤੋਂ ਵਾਇਰਸ ਤੋਂ ਪੀੜਤ ਮਰੀਜ਼ ਦੀਆਂ ਮੌਤਾਂ ਹੋਣ ਵਾਲਿਆਂ ਦੀ ਗਿਣਤੀ ਨਿਰੰਤਰ ਵਧਾ ਜਾ ਰਹੀ ਹੈ ਜੀ। ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਲੁਧਿਆਣਾ ਦੇ ਵਿੱਚ ਇੱਕ ਹੋਰ ਪੀੜਤ ਦੀ ਮੌਤ ਹੋ ਗਈ ਜੋ ਕਿ ਡੀ ਐਮ ਸੀ ਕਾਲਜ ਹਸਪਤਾਲ ਦੇ ਵਿੱਚ ਦਾਖਲ ਸੀਗਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਅਸ਼ਵਨੀ ਚੌਧਰੀ ਨੇ ਦੱਸਿਆ ਕਿ ਮ੍ਰਿਤਕ ਮਰੀਜ਼ ਕੱਲ ਰਾਤ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਤੋਂ ਗੰਭੀਰ ਹਾਲਾਤ ਦੇ ਹਾਲਤ ਦੇ ਵਿੱਚ ਇੱਥੇ ਰੈਫਰ ਹੋ ਕੇ ਆਇਆ ਸੀ ਜੋ ਅੱਜ ਦਮ ਤੋੜ ਗਿਆ ਅਗਲੀ ਖਬਰ ਆ ਰਹੀ ਹੈ ਜੀ ਕੋਵਿਡ-19 ਕਾਰਨ ਚੀਨ ਤੋਂ ਉਦਯੋਗ ਬਾਹਰ ਕੱਢਣ ਦੇ ਲਈ ਰਾਹ ਦੇਖ ਰਹੀਆਂ ਕੰਪਨੀਆਂ ਤੋਂ ਵੱਡੀ ਉਮੀਦ ਕੈਪਟਨ ਸੁਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਦਯੋਗਪਤੀਆਂ ਨੂੰ ਅਗਲੇ ਕੁਝ ਦਿਨਾਂ ਵਿੱਚ ਉਦਯੋਗਾਂ ਦੇ 100% ਦੀ ਕਾਰਜਸ਼ੀਲ ਹੋਣ ਨੂੰ ਯਕੀਨੀ ਬਣਾਉਣ ਦੇ ਲਈ ਉਹਨਾਂ ਦੀ ਸਰਕਾਰ ਦੇ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਉਹਨਾਂ ਨੇ ਦੱਸਿਆ ਕਿ ਚੀਨ ਤੋਂ ਉਦਯੋਗ ਬਾਹਰ ਲਿਜਾਣ ਦੀ ਰਾਹ ਦੇਖ ਰਹੀਆਂ ਕੰਪਨੀਆਂ ਦੀ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਉਹਨਾਂ ਕੋਲੇ ਅੱਗੇ ਵਧਣ ਦੇ ਵੱਡੇ ਮੌਕੇ ਹਨ ਸੋ ਸੂਬੇ ਤੋਂ ਸੂਬਾ ਯਾਨੀ ਕਿ ਉਹਨਾਂ ਨੂੰ ਭਰੋਸਾ ਹੈ ਕਿ ਸੂਬਾ ਚੀਨ ਤੋਂ ਬਹੁਤ ਜਾਣ ਵਾਲੇ ਬਹੁਤ ਸਾਰੇ ਉਦਯੋਗਾਂ ਨੂੰ ਆਕਰਸ਼ਿਤ ਕਰਨ ਦੇ ਯੋਗ ਹੋਵੇਗਾ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਮੁਸ਼ਕਲਾਂ ਦੇ ਬਾਵਜੂਦ ਉਦਯੋਗਿਕ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਦੇ ਲਈ ਉਹਨਾਂ ਦਾ ਧੰਨਵਾਦ ਕੀਤਾ ਅਗਲੀ ਖਬਰ ਆ ਰਹੀ ਹੈ ਜੀ ਪੰਜਾਬ ਚੋਂ ਸ਼ੁੱਕਰਵਾਰ ਨੂੰ 39 ਕੇਸ ਨਵੇਂ ਆਏ ਸਾਹਮਣੇ ਐਕਟਿਵ ਮਰੀਜ਼ਾਂ ਦੀ ਗਿਣਤੀ 2300 ਪੰਜਾਬ ਦੇ ਵਿੱਚ ਸ਼ੁੱਕਰਵਾਰ ਸ਼ਾਮ ਤੱਕ 39 ਕੇਸ ਸਾਹਮਣੇ ਆਏ ਜਿਸ ਦੇ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 200 ਤੋਂ ਟੱਪ ਗਈ ਹੈ ਤੇ ਹੁਣ ਸੂਬੇ ਦੇ ਵਿੱਚ 200 ਐਕਟਿਵ ਮਰੀਜ਼ ਹਨ 206 ਐਕਟਿਵ ਮਰੀਜ਼ ਹਨ ਤੇ ਸੂਬੇ ਦੇ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 2197 ਹੈ ਜਦਕਿ 1949 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ ਅਗਲੀ ਖਬਰ ਆ ਰਹੀ ਹੈ ਜੀ ਪਾਲਕੀ ਸਾਹਿਬ ਦੇ ਨਾਲ ਲੜੀਆਂ ਪਲਾਸਟਿਕ ਦਾ ਪੱਖਾ ਆਦ ਨਾ ਲਗਾਇਆ ਜਾਵੇ ਗਿਆਨੀ ਹਰਪ੍ਰੀਤ ਸਿੰਘ ਦੋ ਪਹੀਆ ਵਾਹਨ ਚਾਲਕਾਂ ਦੇ ਵੱਲੋਂ ਤਮਾਕੇਦਾਰ ਅਤੇ ਪਟਾਕਾ ਮਾਰਨ ਵਾਲੀ ਆਵਾਜ਼ ਕੱਢਣ ਤੇ ਪਾਬੰਦੀ ਸੋ ਕਪੂਰਥਲਾ ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਦੀਪਤੀ ਉੱਪਲ ਨੇ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਾ ਜਿਲ੍ਹਾ ਕਪੂਰਥਲੇ ਦੀ ਹਦੂਦ ਦੇ ਅੰਦਰ ਕੋਈ ਵੀ ਦੋ ਪਹੀਆ ਵਾਹਨ ਚਾਲਕ ਲਾਇਸੈਂਸਰ ਕੱਢ ਕੇ ਅਤੇ ਵਰਜਿਤ ਵੱਡੇ ਹਾਰਨ ਲਗਾ ਕੇ ਕੋਈ ਵੀ ਯੰਤਰ ਲਗਾ ਕੇ ਭਾਰੀ ਧਮਾਕੇਦਾਰ ਜਾਂ ਪਟਾਕਾ ਮਾਰਨ ਦੀ ਆਵਾਜ਼ ਨਹੀਂ ਕਰੇਗਾ ਸੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੇ ਟਰਾਈ ਦੀਆਂ ਨਵੀਆਂ ਸਿਫਾਰਸ਼ਾਂ 11 ਅੰਕਾਂ ਦੇ ਹੋਣ ਮੋਬਾਈਲ ਨੰਬਰ ਸੋ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਨਵੀਆਂ ਸਿਫਾਰਸ਼ਾਂ ਕੀਤੀਆਂ ਹਨ ਕਿ ਜਿਸ ਦੇ ਮੁਤਾਬਕ ਲੈਡਲਾਈਨ ਅਤੇ ਮੋਬਾਈਲ ਸੇਵਾਵਾਂ ਦੇ ਲਈ ਯੂਨੀਫਾਈਡ ਨੰਬਰਿੰਗ ਪਲਾਨ ਵੀ ਸ਼ਾਮਲ ਹੈ ਤੇ ਸਿਫਾਰਿਸ਼ ਮੁਤਾਬਕ ਲੈਡਲਾਈਨ ਮੋਬਾਈਲ ਨੰਬਰ ਹੁਣ ਤੱਕ ਫੋਨ ਤੋਂ ਪਹਿਲਾਂ ਜ਼ੀਰੋ ਲਗਾਉਣਾ ਜ਼ਰੂਰੀ ਹੋਵੇਗਾ ਇਸ ਦੇ ਲਈ ਮੌਜੂਦਾ ਮੋਬਾਈਲ ਨੰਬਰ ਦੇ ਅੰਕਾਂ ਦੇ ਵਿੱਚ 1 ਤੋਂ 10 ਤੋਂ 11 ਕਰਨ ਦਾ ਵੀ ਸੁਝਾਅ ਹੈ ਤੇ ਫਿਲਹਾਲ ਲੈਡਲਾਈਨ ਤੇ ਮੋਬਾਈਲ ਤੇ ਫੋਨ ਕਰਨ ਦੇ ਲਈ ਜ਼ੀਰੋ ਲਗਾਉਣ ਦੀ ਜ਼ਰੂਰਤ ਹੈ ਨਹੀਂ ਪੈਂਦੀ ਅਗਲੀ ਖਬਰ ਆ ਰਹੀ ਹੈ ਜੀ ਬੀਐਸਐਫ ਦੇ ਵੱਲੋਂ ਹੈਰੋਇਨ ਬਰਾਮਦ ਕੁਮੰਤਰੀ ਬਾਜ਼ਾਰ ਦੇ ਵਿੱਚ ਕੀਮਤ 8 ਕਰੋੜ 14 ਲੱਖ ਰੁਪਏ ਤੋਂ ਫਿਰੋਜ਼ਪੁਰ ਦੇ ਵਿਖੇ ਭਾਰਤ ਬਾਰਡਰ ਭਾਰਤ ਪਾਕਿਸਤਾਨ ਬਾਰਡਰ ਤੇ ਬੀਐਸਐਫ ਦੀ 136 ਬਟਾਲੀਅਨ ਨੇ 1 ਕਿਲੋ 628 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ ਤੇ ਬੀਐਸਐਫ ਪੰਜਾਬ ਦੇ ਫਰੰਟੀਅਰ ਦੇ ਪਬਲਿਕ ਰਿਲੇਸ਼ਨ ਅਫਸਰ ਨੇ ਦੱਸਿਆ ਕਿ ਹਿਰੋਇਨ ਫਿਰੋਜ਼ਪੁਰ ਸੈਕਟਰ ਚ ਪਾਕਿਸਤਾਨੀ ਤਸਕਰਾਂ ਦੇ ਵੱਲੋਂ ਤਿੰਨ ਬੋਤਲਾਂ ਦੇ ਵਿੱਚ ਬੰਦ ਕਰਕੇ ਭੇਜੀ ਗਈ ਸੀ ਸੋ ਇਸ ਦੀ ਕੀਮਤ ਜਿਹੜੀ ਬਾਜ਼ਾਰ ਦੇ ਵਿੱਚ ਉਹ ਆ ਜੀ 8 ਕਰੋੜ 14 ਲੱਖ ਰੁਪਏ ਸੋ ਉਸ ਤੋਂ ਬਾਅਦ ਅਗਲੀ ਖਬਰ ਆ ਜੀ ਪਟਿਆਲਾ ਚ ਕੈਰਬਾਨ ਵਰਿਆ ਮੀ ਗਰੀਬ ਘਰਾਂ ਦੀ ਉਡਾ ਕੇ ਲੈ ਗਿਆ ਛੱਤ ਤੇ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਕੈਪਟਨ ਸਰਕਾਰ ਦੇ ਵੱਲੋਂ ਅਮਰੀਕਾ ਨੇ ਕੀਤਾ WHO ਤੋਂ ਹਟਣ ਦਾ ਐਲਾਨ 트ੰਪ ਨੇ ਕਿਹਾ ਸੰਸਥਾ ਤੇ ਚੀਨ ਦਾ ਕਬਜ਼ਾ ਸੋ ਮਹਾਮਾਰੀ ਦਾ ਸਭ ਤੋਂ ਪ੍ਰਭਾਵਿਤ ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ ਤੋਂ ਪਿੱਛੇ ਹਟਣ ਦਾ ਐਲਾਨ ਕਰ ਦਿੱਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਕਿ WHO ਪੂਰੀ ਤਰ੍ਹਾਂ ਚੀਨ ਦੇ ਨਿਯੰਤਰ ਦੇ ਵਿੱਚ ਹੈ WHO ਤਬਦੀਲੀ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਵਿੱਚ ਸਫਲ ਰਿਹਾ ਤੇ ਅਮਰੀਕਾ ਵਿਸ਼ਵ ਸਿਹਤ ਸੰਗਠਨ ਨਾਲ ਆਪਣਾ ਸਬੰਧ ਖਤਮ ਕਰ ਦੇਵੇਗਾ ਤੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕਿਹਾ ਕਿ ਚੀਨ WHO ਨੂੰ 1 ਸਾਲ ਦੇ ਵਿੱਚ 40 ਮਿਲੀਅਨ ਡਾਲਰ ਦੇਣ ਦੇ ਕਾਬੂ ਦੇ ਵਿੱਚ ਹੈ ਜਦੋਂ ਕਿ ਸੰਯੁਕਤ ਰਾਸ਼ਟਰ WHO ਨੂੰ 1 ਸਾਲ ਦੇ ਵਿੱਚ 440 ਮਿਲੀਅਨ ਡਾਲਰ ਸਹਾਇਤਾ ਦਿੰਦਾ ਹੈ ਅਗਲੀ ਖਬਰ ਆ ਰਹੀ ਹੈ ਜੀ ਹਾਲੇ ਖਤਰਾ ਨਹੀਂ ਟਲਿਆ ਇੱਕ ਹੋਰ ਝਟਕੇ ਦੇ ਲਈ ਰੋ ਤਿਆਰ ਸੋ WHO ਨੇ ਦੱਸਿਆ ਕਿ ਅਗਲੇ ਹਾਲੇਕਰ ਖਤਰਾ ਜਿਹੜਾ ਉਹ ਨਹੀਂ ਟਲਿਆ ਸੋ ਹਾਲੇ ਹੋਰ ਵੀ ਜਿਹੜੇ ਝਟਕੇ ਕਰੋਨਾ ਵਾਇਰਸ ਦੇ ਲੱਗਣੇ ਬਾਕੀ ਹਨ ਤੇ ਅਗਲੀ ਖਬਰ ਆ ਰਹੀ ਹੈ ਜੀ ਪੰਜਵੀਂ ਤਾਲਾਬੰਦੀ ਦੇ ਐਲਾਨ ਤੋਂ ਬਾਅਦ ਕੱਲੂਕਾਰਾ ਦਿਵਸ ਮਰਿਆਦਾ ਦੇ ਨਾਲ ਮਨਾਇਆ ਜਾਵੇਗਾ ਲੋਂਗੋਵਾਲ ਤੇ ਗੁਰਦਾਸਪੁਰ ਤੋਂ ਕਰੋਨਾ ਦੇ ਤਿੰਨ ਨਵੇਂ ਮਰੀਜ਼ਾਂ ਦੀ ਪੁਸ਼ਟੀ ਸੋ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਸਵੇਰ ਵੇਲੇ ਦੀਆਂ ਆਮ ਅਤੇ ਖਾਸ ਖਬਰਾਂ ਇਸ ਵੀਡੀਓ ਦੇ ਵਿੱਚ ਐਨਾ ਹੀ ਅਗਲੀ ਵੀਡੀਓ ਦੇ ਵਿੱਚ ਆਪਾਂ ਹੋਰ ਨਵੀਂ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ